ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਤਨਾਮ ਵਾਹਿਗੁਰੂ ਸਾਹਿਬ ਜੀਉ ਸੂਹੀ ਮਹਲਾ ਤੀਜਾ ਜੇ ਲੋੜੈ ਵਰ ਬਾਲੜੀਏ ਤਾਂ ਗੁਰ ਚਰਣੀ ਚਿਤ ਲਾਏ ਰਾਮ ਜੇ ਲੋੜੈ ਵਰ ਬਾਲੜੀਏ ਤਾਂ ਗੁਰ ਚਰਣੀ ਚਿਤ ਲਾਏ ਰਾਮ ਸਦਾ ਹੋਵੈ ਸੁਹਾਗਣੀ ਹਰ ਜੀਉ ਮਰੈ ਨਾ ਜਾਏ ਰਾਮ ਹਰ ਜੀਉ ਮਰੈ ਨਾ ਜਾਏ ਗੁਰ ਕੈ ਸਹਿਜ ਸੁਭਾਏ ਸਾ ਤਨ ਕੰਤ ਪਿਆਰੀ ਸਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸ਼ਿੰਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨੇ ਆਪੇ ਆਪ ਉਪਾਇਆ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ ਪਿਰ ਪਾਇੜਾ ਬਾਲੜੀਏ ਅਨਦਿਨ ਸਹਿਜੇ ਮਾਤੀ ਰਾਮ ਗੁਰਮਤੀ ਮਨ ਆਨੰਦ ਭਇਆ ਤਿਤ ਤਨ ਮੈਲ ਨਾ ਰਾਤੀ ਰਾਮ ਤਿਤ ਤਨ ਮੈਲ ਨਾ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਅਨਦਿਨ ਰਾਵੇ ਹਰ ਪ੍ਰਭ ਆਪਣਾ ਵਿੱਚੋਂ ਆਪ ਗਵਾਏ ਗੁਰਮਤ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੇ ਵਡਿਆਈ ਪ੍ਰਭ ਰਾਵੇ ਰੰਗ ਰਾਤੀ ਗੁਰਮਤ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੇ ਵਡਿਆਈ ਪ੍ਰਭ ਰਾਵੇ ਰੰਗ ਰਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰਦੇਵ ਪਾਤਸ਼ਾਹ ਜੀ ਦੀ ਅਪਰ ਅਪਾਰ ਬਖਸ਼ਿਸ਼ ਸਵੇਰ ਦੇ ਸਮੇਂ ਸਾਨੂੰ ਗੁਰਦਰਬਾਰ ਸ਼ਮੂਲੀਅਤ ਪਾਉਣ ਦਾ ਇਹ ਸੁਭਾਗ ਹੈ
ਜੋ ਗੁਰਬਾਣੀ ਵਿਆਖਿਆਨ ਹੈ ਇਸ ਵਿੱਚ ਸੂਹੀ ਰਾਗ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਦੁਆਰਾ ਉਚਾਰਨ ਕੀਤੇ ਗਏ ਛੰਤਾਂ ਦੀ ਵਿਚਾਰ ਹੋ ਰਹੀ ਹੈ। ਆਪ ਜੀ ਨੇ ਇਸ ਛੰਤ ਦੇ ਪਹਿਲੇ ਦੋ ਪਦੇ ਸਰਵਨ ਕੀਤੇ ਨੇ। ਬੀਤੇ ਰੋਜ਼ ਇੱਕ ਨੰਬਰ ਬੰਨ ਦੀ ਵਿਚਾਰ ਪ੍ਰਾਰੰਭ ਕੀਤੀ ਸੀ, ਕਿਉਂਕਿ ਸਮਾਂ ਸੀਮਤ ਸੀ, ਇਸ ਕਰਕੇ ਦੋ ਸਤਰਾਂ ਵਿਚਾਰਦਿਆਂ ਹੋਇਆਂ ਸਮਾਪਨ ਹੋ ਗਿਆ ਸੀਗਾ। ਅੱਜ ਯਤਨ ਕਰਾਂਗੇ ਇਹਨਾਂ ਦੋਵਾਂ ਪਦਿਆਂ ਦੇ ਅਸੀਂ ਘੱਟ ਤੋਂ ਘੱਟ ਵਿਚਾਰ ਕਰ ਸਕੀਏ। ਬਚਨ ਪ੍ਰਾਰੰਭ ਹੋ ਰਿਹਾ ਸੀ, ਜੇ ਲੋੜ ਹੈ ਵਰ ਬਾਲੜੀਏ ਤਾਂ ਗੁਰ ਚਰਣੀ ਚਿਤ ਲਾਏ ਰਾਮ। ਪੰਜਾਬ ਨੌਰਦਰਨ ਇੰਡੀਆ ਦਾ ਉਹ ਖਿੱਤਾ, ਉਹਦੇ ਵਿੱਚੋਂ ਜਿਹੜੀਆਂ ਸਾਡੀਆਂ ਕਲਚਰਲ, ਜਿਹੜੀਆਂ ਸਾਡੀਆਂ ਸਮਾਜਿਕ ਪ੍ਰੈਕਟਿਸਿਸ ਨੇ, ਉਹਨਾਂ ਨੂੰ ਮਿਸਾਲ ਦਿੰਦਿਆਂ ਹੋਇਆਂ ਸਾਨੂੰ ਰੂਹਾਨੀ ਅਧਿਆਤਮੀ ਗਿਆਨ ਸਮਝਾਇਆ ਗੁਰੂ ਸਾਹਿਬ ਨੇ। ਉਹਦੇ ਵਿੱਚ ਖਾਸ ਕਰਕੇ ਜਿਹੜਾ ਇਸਤਰੀ ਵਾਲਾ ਪੱਖ ਹੈ, ਫੈਮਿਨਨ ਜੈਂਡਰ, ਉਹਦੇ ਨਾਲ ਜਿਸ ਕਿਸਮ ਦਾ ਸਮਾਜ ਦਾ ਵਰਤਾਓ ਹੈ, ਗੁਰੂ ਸਾਹਿਬ ਨੇ ਉਹਨੂੰ ਉਜਾਗਰ ਕਰਦਿਆਂ ਸਾਡੀ ਜਿਹੜੀ ਜੀਵਾਤਮਾ ਹੈ, ਉਹਦੀ ਜਿਹੜੀ ਵਿਚਾਰਗੀ ਹੈ, ਲਾਚਾਰਗੀ ਹੈ, ਜਿਹੜਾ ਉਹਦਾ ਵਿਚਾਰਾਪਨ ਆ, ਵਨਰੇਬਿਲਟੀ ਹੈਗੀ ਹੈ, ਉਹਨੂੰ ਸਾਹਮਣੇ ਰੱਖ ਕੇ ਸਾਨੂੰ ਅਧਿਆਤਮੀ ਸੰਦੇਸ਼ ਦਿੱਤਾ ਅਤੇ ਕਿਹਾ, ਇਹ ਜੀਵ, ਇਹ ਮੇਰੀ ਜੀਵਾਤਮਾ, ਜੇ ਲੋੜ ਹੈ ਵਰ ਬਾਲੜੀਏ, ਜੇ ਤੈਨੂੰ ਚਾਹੀਦਾ ਹੈ ਕਿ ਤੈਨੂੰ ਚੰਗੇਰਾ ਵਰ ਮਿਲੇ। ਵਰ ਤੋਂ ਮੁਰਾਦ ਇੱਕ ਬੱਚੀ ਦੀ ਸਾਰੀ ਜ਼ਿੰਦਗੀ ਉਹਦੇ ਵਰ 'ਤੇ, ਉਹਦੇ ਪਤੀ 'ਤੇ ਡਿਪੈਂਡ ਕਰਦੀ ਹੈ। ਜੇ ਉਹ ਸਿਆਣਾ ਹੈ, ਕਮਾਊ ਹੈ, ਉਹਦੀ ਗੱਲ ਮੰਨਣ ਵਾਲਾ ਹੈ, ਉਹਨੂੰ ਪਿਆਰ ਕਰਨ ਵਾਲਾ ਹੈ, ਉਹ ਮਹਾਂਸੁਖੀ ਹੈ। ਅਤੇ ਜੇ ਇਹਦੇ ਮੁਕਾਬਲਤਨ ਉਹ ਇਰਖਾਲੂ, ਝਗੜਾਲੂ, ਲਾਈ ਲੱਗ, ਮਤਲਬ ਨਿਕੰਮਾ ਕਿਸੇ ਰੂਪ ਦੇ ਵਿੱਚ ਨਹੀਂ, ਅਤੇ ਬਸ ਉਹਨੂੰ ਕਿਸੇ ਹੋਰ ਨਰਕ ਦੀ ਕੀ ਲੋੜ ਹੈ, ਦੈਟਸ ਐਨਫ ਉਹਦਾ। ਅਤੇ ਕਿਉਂਕਿ ਸਾਰੀ ਟੋਟਲ ਜਿਹੜੀ ਡਿਪੈਂਡੈਂਸੀ ਹੈਗੀ ਹੈ, ਜਿਹੜਾ ਉਹਦਾ ਪੂਰਨ ਰੂਪ ਦੇ ਵਿੱਚ ਉਹਦਾ ਜੀਵਨ ਉਹਦੇ 'ਤੇ ਆਸ਼ਰਿਤ ਹੈ, ਇਸ ਰੂਪ ਦੇ 'ਚ ਅਸੀਂ ਸਮਾਜ ਵਿੱਚ ਦੇਖਦੇ ਹਾਂ ਉਸ ਤਰੀਕੇ ਦੇ ਨਾਲ। ਗੁਰੂ ਸਾਹਿਬ ਨੇ ਉੱਥੋਂ ਮਿਸਾਲ ਦੇ ਕੇ ਕਿਹਾ, ਜਿਹੜਾ ਸਾਡਾ ਵੀ ਅੰਦਰ ਜੋ ਜੀਵਨ ਹੈ, ਜਿਹਨੂੰ ਅਸੀਂ ਆਪਣੀ ਰੂਹ ਕਹਿ ਲਈਏ, ਅਤੇ ਇਸ ਰੂਹ ਨੇ ਸਾਨੂੰ ਇੱਕ ਸਰਟਨ ਸਮੇਂ ਤੱਕ ਇਸ ਕਲਬੂਤ ਵਿੱਚ, ਜਿਹੜਾ ਮਿਲਿਆ ਹੋਇਆ ਕਲਬੂਤ ਹੈ ਪੰਜਾਂ ਤੱਤਾਂ ਦਾ, ਇਹਦੇ ਨਾਲ ਸਾਨੂੰ ਇਹ ਸੰਸਾਰ ਮਾਨਣ ਅਤੇ ਹੰਢਾਉਣ ਦਾ ਸਮਾਂ ਦੇਣਾ। ਜੇ ਇਹਦੇ ਵਿੱਚ ਇਸ ਕਲਬੂਤ ਦੇ ਨਾਲ ਜਦੋਂ ਉਹ ਜਿਹੜੀ ਤਾਕਤ ਹੈ, ਜਿਹਨੂੰ ਜੀਵਾਤਮਾ, ਆਤਮਾ, ਸੋਲ, ਸਪਿਰਿਟ ਕੁਛ ਵੀ ਕਹਿ ਲਵੋ, ਜੇ ਉਸ ਨੂੰ ਵਕਾਰੀ ਘੇਰ ਕੇ ਬੈਠ ਗਏ, ਉਹਦੀਆਂ ਜਿਹੜੀਆਂ ਸਾਡੀਆਂ ਪਈਆਂ ਹੋਈਆਂ ਆਦਤਾਂ ਦੀਆਂ ਕਮਜ਼ੋਰੀਆਂ, ਮਨ ਮੰਡਲ ਦੇ ਵਕਾਰ, ਇਹ ਸਾਰੇ ਘੇਰ ਗਏ, ਅਤੇ ਅਸੀਂ ਅਸਲ ਸੋਚ ਦੇ ਉਸ ਦਾਇਰੇ ਤੱਕ ਪਹੁੰਚ ਹੀ ਨਾ ਸਕੇ, ਤਾਂ ਇਹ ਜੀਵਨ ਬੇਕਾਰ ਹੋ ਜਾਏਗਾ। ਜਿਵੇਂ ਉਹ ਬੱਚੀ ਵਿਚਾਰੀ, ਉਹਦੀ ਕੋਈ ਪੇਸ਼ ਨਹੀਂ ਜਾਂਦੀ, ਫਿਰ ਉਹਦਾ ਕੋਈ ਮਤਲਬ ਜਿਹੜਾ ਉਸ ਰੂਪ ਦੇ ਵਿੱਚ ਸੁੱਖ ਦਾ ਭਾਅ ਨਹੀਂ ਬਣ ਸਕਦਾ, ਸਾਡਾ ਵੀ ਇਸੇ ਤਰ੍ਹਾਂ ਬਣੇਗਾ। ਗੁਰੂ ਸਾਹਿਬ ਨੇ ਉਹਦੀ ਮਿਸਾਲ ਦਿੰਦਿਆਂ ਕਿਹਾ, ਜੇ ਲੋੜ ਹੈ ਵਰ ਬਾਲੜੀਏ, ਇਹ ਜੀਵਾਤਮਾ, ਜੇ ਤੂੰ ਚਾਹੁੰਦੀ ਹੈ ਤੇਰਾ ਪ੍ਰਭੂ ਪਤੀ ਅਕਾਲ ਪੁਰਖ ਵਾਹਿਗੁਰੂ ਵਰ ਬਣੇ, ਤਾਂ ਗੁਰ ਚਰਨੀ ਚਿਤ ਲਾਏ ਰਾਮ। ਫਿਰ ਗੁਰੂ ਦੇ ਚਰਨਾਂ ਦੇ ਨਾਲ ਚਿਤ ਲਾ ਲੈ, ਫਿਰ ਗੁਰੂ ਆਪਣੇ ਨੂੰ ਜਿਹੜਾ ਹੈਗਾ, ਜੋ ਗੁਰੂ ਅਸੂਲ ਦੱਸਦਾ, ਜੋ ਗੁਰੂ ਗੱਲਾਂ ਦੱਸਦਾ, ਜੋ ਗੁਰੂ ਸੰਦੇਸ਼ ਦਿੰਦਾ, ਰਾਹ ਵਿਖਾਉਂਦਾ, ਉਸ ਰਾਹ ਦਾ ਤੂੰ ਰਾਹਗੀਰ ਹੋ ਜਾ, ਉਹਨੂੰ ਬਿਲਕੁਲ ਪੱਕੇ ਤੌਰ 'ਤੇ ਫੜ ਲੈ।
ਸਦਾ ਹੋਵੇ ਸੁਹਾਗਣੀ ਹਰ ਜੀਓ ਮਰੈ ਨਾ ਜਾਏ ਰਾਮ। ਅਤੇ ਫਿਰ ਇਕੱਲੇ ਇਸ ਜੀਵਨ ਦੀ ਗੱਲ ਨਹੀਂ ਹੈ, ਜੇ ਤੇਰਾ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਤੇਰੀ ਇਸ ਖਾਸ ਕਰਕੇ ਰੂਹ ਨੇ ਉਸ ਕਲ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਭ ਕਾਸੇ ਨੂੰ ਬਣਾਇਆ ਹੈ ਉਹਦੇ ਨਾਲ ਆਤਮ ਸਾਥ ਹੋਣ ਵਾਲੀ ਬਾਤ ਬਣ ਗਈ, ਅਤੇ ਫਿਰ ਚੇਤੇ ਰੱਖ ਇਹ ਕਲਬੂਤ ਮਿਟ ਵੀ ਗਿਆ ਉਹ ਪਤੀ ਨਹੀਂ ਮਿਟੇਗਾ ਕਿਉਂਕਿ ਉਹ ਕਿਹੜਾ ਮਰਦਾ ਹੈ। ਸੋ ਤੇਰਾ ਜਿਹੜਾ ਸਾਰੇ ਦਾ ਸਾਰਾ ਮੁਕਤੀ ਦਾ ਉਹ ਸੰਕਲਪ ਹੈ ਉਹ ਬਣ ਜਾਏਗਾ, ਤੂੰ ਮੁਕਤ ਹੋ ਜਾਏਗਾ। ਉਸ ਕਿਸਮ ਦੇ ਨਾਲ ਬਾਤ ਕੀਤੀ, ਸਦਾ ਹੋਵੇ ਸੁਹਾਗਣੀ ਹਰ ਜੀਉ ਮਰਹਿ ਨਾ ਜਾਏ ਰਾਮ, ਹਰ ਜੀਉ ਮਰਹਿ ਨਾ ਜਾਏ ਗੁਰ ਕੈ ਸਹਿਜ ਸੁਭਾਏ ਸਾ ਤਨ ਕੰਤ ਪਿਆਰੀ। ਉਹ ਮਰਦਾ ਨਹੀਂ, ਉਹ ਖਤਮ ਨਹੀਂ ਹੁੰਦਾ, ਗੁਰ ਕੈ ਸਹਿਜ ਸੁਭਾਏ। ਅਤੇ ਗੁਰੂ ਜਿਹੜੀ ਚੀਜ਼ ਸਾਨੂੰ ਬਖਸ਼ਦਾ ਹੈ ਉਹ ਹੈਗਾ ਆਤਮਕ ਟਕਾ, ਆਤਮਕ ਟਕਾ। ਦੇਖੋ ਇਹ ਸਰਲ ਭਾਵ ਵਿੱਚ ਬਾਤ ਸਮਝੀ ਜਾਏ, ਤੁਸੀਂ ਦੇਖੋਗੇ ਜਿਵੇਂ ਦੁਨੀਆਂ ਦੇ ਵਿੱਚ ਜਿੰਨਾ ਮੋਬਾਲਿਕਸ ਨੇ, ਜਿੰਨਾ ਇਲਾਕਿਆਂ ਜਾਂ ਖਿੱਤਿਆਂ ਨੇ, ਲੋਕਾਂ ਨੇ, ਕੌਮਾਂ ਨੇ ਬੜੀ ਤਰੱਕੀ ਕੀਤੀ, ਜੇ ਉਹਨਾਂ 'ਚੋਂ ਦੋ ਚਾਰ ਦੇ ਨਾਂ ਲਈਏ ਅਸੀਂ, ਜੇ ਅਸੀਂ ਟੈਕਨੀਕਲ ਸਾਈਡਸ ਤੋਂ ਗੱਲ ਕਰੀਏ, ਤਕਨੀਕੀ ਪੱਖ ਤੋਂ ਜਪਾਨੀਆਂ ਦਾ ਕੋਈ ਮੁਕਾਬਲਾ ਨਹੀਂ। ਮਤਲਬ ਜੈਪਨੀਜ਼ ਆਰ ਦਾ ਵਨ ਆਫ ਦਾ ਬੈਸਟ ਟੈਕਨੀਕਲ ਪਰਸਨ ਇਨ ਦਾ ਹੋਲ ਵਰਲਡ। ਬੀਤੇ ਦੋ ਰੋਜ਼ ਪਹਿਲਾਂ ਵੀ ਉੱਥੇ ਇੱਕ ਪਾਸੇ ਭੂਚਾਲ ਆਇਆ, ਦੂਜੇ ਪਾਸੇ ਇੰਨਾ ਤੂਫਾਨ ਆਇਆ, ਪਰ ਬਸ ਦਿਨਾਂ ਦੀ ਖੇਡ ਆ, ਜੋ ਕੁਛ ਢੱਠਾ ਢਿਆ ਹੈ ਦੁਬਾਰਾ ਬਣਾ ਦੇਣਾ ਉਹਨਾਂ ਨੇ। ਮਤਲਬ ਪੂਰਾ ਅਮਰੀਕਾ ਵਰਗੇ ਮੁਲਕ ਉਹਨਾਂ ਦੇ ਕਰਜ਼ੇ 'ਚ ਡੁੱਬੇ ਨੇ, ਅਤੇ ਜਜ਼ੀਰਾ ਐਸਾ ਹੈ ਸਾਰੇ ਦਾ ਸਾਰਾ ਇੱਕ ਆਈਲੈਂਡ ਆ, ਪਾਣੀ ਦਾ ਜਜ਼ੀਰਾ, ਜਿੱਥੇ ਹਰ ਰੋਜ਼ ਕਿਤੇ ਨਾ ਕਿਤੇ ਅਰਥਕੁਏਕ ਆ ਰਿਹਾ ਹਰ ਰੋਜ਼ ਕੁਛ ਨਾ ਕੁਛ। ਮਤਲਬ ਕੋਈ ਉਸ ਤਰੀਕੇ ਦੇ ਨਾਲ ਹਾਲਤ ਨਹੀਂ ਹੈਗੀ, ਪਰ ਫਿਰ ਵੀ ਇਤਨੀ ਤਰੱਕੀ, ਇਤਨਾ ਮਤਲਬ ਸਭ ਕੁਝ, ਇਹਦਾ ਕਾਰਨ ਕੀ ਹੈ? ਕਾਰਨ ਇਹ ਨਹੀਂ ਕਿ ਉਹ ਬੜੇ ਕਾਲੇ ਨੇ ਕੰਮ ਕਰਨ ਨੂੰ, ਬੜੇ ਛੇਤੀ ਭੱਜ ਭੱਜ ਕੇ ਕੰਮ ਨੂੰ ਪੈਂਦੇ ਨੇ ਸਾਰੇ, ਉਸ ਰੂਪ ਦੇ 'ਚ ਨਹੀਂ ਨੇ, ਇਹ ਤਾਂ ਹੋਛਾਪਨ ਹੈ ਉਹਨਾਂ ਦੇ ਵਿੱਚ। ਸਭ ਤੋਂ ਜਿਹੜੀ ਕਮਾਲ ਦੀ ਗੱਲ ਇਹ ਹੈ ਉਹਨਾਂ 'ਚ ਟਕਾ ਆ। ਉਹ ਕਹਿੰਦੇ ਨੇ ਬੱਚੇ ਨੂੰ ਪੜ੍ਹਨਾ ਆਵੇ ਲਿਖਣਾ ਆਵੇ ਬੜਾ ਜ਼ਰੂਰੀ ਹੈ, ਲਾਜ਼ਮੀ ਹੈ, ਆਉਣਾ ਚਾਹੀਦਾ, ਪਰ ਇਸ ਤੋਂ ਪਹਿਲਾਂ ਕਿ ਬੱਚਾ ਕਲਮ ਫੜ ਕੇ ਲਿਖਣੀ ਸ਼ੁਰੂ ਕਰੇ, ਪੜ੍ਹਨਾ ਸ਼ੁਰੂ ਕਰੇ, ਪਹਿਲਾਂ ਬੱਚੇ ਨੂੰ ਸਹਿਜ ਵਿੱਚ ਬਹਿਣਾ ਆਵੇ, ਮੈਡੀਟੇਸ਼ਨ ਕਰਨਾ ਆਵੇ। ਜੇ ਇਹਨੂੰ ਮੈਡੀਟੇਸ਼ਨ ਨਾ ਆਇਆ, ਜੇ ਇਹਨੂੰ ਸਹਿਜ 'ਚ ਬੈਠਣਾ ਨਾ ਆਇਆ, ਡੈਫੀਨੇਟਲੀ ਇਹ ਬੱਚਾ ਜ਼ਿੰਦਗੀ ਦਾ ਸੁੱਖ ਨਹੀਂ ਮਾਣੇਗਾ। ਇਹ ਮਤਲਬ ਇੰਨੀ ਲਾਜ਼ਮੀ ਚੀਜ਼ ਹੈ, ਜ਼ਰੂਰੀ ਚੀਜ਼ ਹੈ। ਟਕਾਅ ਵਿੱਚੋਂ ਹੀ ਹਰ ਚੀਜ਼ ਲੱਭਦੀ ਹੈ। ਤੁਸੀਂ ਟਿਕ ਕੇ ਦੋ ਪਲ ਬੈਠ ਕੇ ਜਿਹੜਾ ਉਹ ਫੈਸਲਾ ਕਰਦੇ ਹੋ, ਉਹ ਸੋਚਦੇ ਹੋ, ਕਿਸੇ ਕੰਮ ਨੂੰ ਨਿਹਾਰਦੇ ਹੋ, ਉਹ ਕੰਮ ਹਮੇਸ਼ਾ ਵਾਜਬ ਹੁੰਦਾ, ਵਧੀਆ ਹੁੰਦਾ। ਸਾਡੇ ਜੀਵਨ ਦੇ ਵਿੱਚ ਜਿਹੜਾ ਬਹੁਤਾ ਦੁੱਖ ਆ, ਕਿਉਂਕਿ ਰਿਸ਼ਤਿਆਂ ਦੀ ਗੱਲ ਹੋ ਰਹੀ ਹੈ, ਅਤੇ ਅਸੀਂ ਸੁਖੀ ਵੀ ਰਿਸ਼ਤਿਆਂ 'ਚੋਂ ਹੁੰਦੇ ਹਾਂ ਅਤੇ ਦੁਖੀ ਵੀ ਰਿਸ਼ਤਿਆਂ 'ਚੋਂ ਹੁੰਦੇ ਹਾਂ। ਜਦੋਂ ਸਾਨੂੰ ਰਿਸ਼ਤੇ ਡੀਲ ਕਰਨੇ ਨਹੀਂ ਆਉਂਦੇ ਅਤੇ ਕਾਲੇਪਨ ਦੇ ਵਿੱਚ ਬੰਦਾ ਬੋਲਦਾ ਹੈ, ਜਿਹਨੂੰ ਸਾਹਿਬ ਨੇ ਕਿਹਾ ਟੁੱਟ ਪ੍ਰੀਤ ਗਈ ਬੁਰ ਬੋਲ, ਤੁਸੀਂ ਬੋਲਣ ਲੱਗਿਆਂ ਧਿਆਨ ਨਹੀਂ ਕੀਤਾ ਗੱਲਾਂ ਬਾਤਾਂ ਦਾ, ਲਫਜ਼ਾਂ ਦਾ, ਅਲਫਾਜ਼ਾਂ ਦਾ, ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੇ ਕੋਣ 'ਚ ਕੋਣ ਨਹੀਂ ਦੇਖੇ, ਵੀ ਕਿਸ ਕਿਸਮ ਦੀ ਜਿਹੜੀ ਹੈ ਬੇਢਵੀ ਬੇਢੰਗੀ ਗੱਲ ਕਰਨ ਲੱਗਾ ਮੈਂ, ਅਤੇ ਉਹਦੇ ਨਾਲ ਹੋਇਆ ਕਿ ਬੜਾ ਨੁਕਸਾਨ ਹੋ ਗਿਆ, ਕਿਸੇ ਦੀ ਦਿਲ ਖਰਾਸ਼ੀ ਕਰਤੀ, ਮਤਲਬ ਇਸ ਤਰੀਕੇ ਨਾਲ ਸਾਰਾ ਮਾਹੌਲ ਖਰਾਬ ਕਰ ਦਿੱਤਾ। ਜੇ ਬੰਦਾ ਦੋ ਪਲ ਲਈ ਟਕਾ ਅੰਦਰ ਹੋਏ ਅਤੇ ਟਿੱਕ ਕੇ ਸੋਚੇ ਵੀ ਮਨਾ ਆ ਗੱਲ ਕਹਿਣ ਵਾਸਤੇ ਮੈਨੂੰ ਕਹਿ ਰਿਹਾ ਤੂੰ, ਮੈਂ ਕਹਿ ਦਿਆਂ ਮੂੰਹ ਤੋਂ, ਅਸਰ ਕੀ ਹੋਏਗਾ, ਇਹਦਾ ਸੁਧਰ ਜਾਏਗਾ ਇਹਦੇ ਨਾਲ ਕੰਮ। ਇਹ ਹੈ ਤੁਸੀਂ ਚੀਜ਼ਾਂ ਨੂੰ ਹੋਲਡ ਕਰਦੇ ਹੋ, ਤੁਸੀਂ ਤੋਲਦੇ ਅਤੇ ਬੋਲਦੇ ਹੋ, ਇਸ ਰੂਪ ਦੇ 'ਚ ਸਹਿਜ ਹੈ।
ਫਿਰ ਹਰ ਚੀਜ਼ 'ਚ, ਹਰ ਫੈਸਲੇ 'ਚ, ਜਿਵੇਂ ਜਿਵੇਂ ਇਸ ਸਹਿਜ ਟਿਕਾਅ ਵਿੱਚ ਅੱਗੇ ਜਾਓਗੇ, ਚੀਜ਼ਾਂ ਦਰੁਸਤ ਹੋਣਗੀਆਂ, ਠੀਕ ਹੋਣਗੀਆਂ, ਵਧੀਆ ਹੋਣਗੀਆਂ। ਗੁਰੂ ਇਹ ਸਿਖਾਉਂਦਾ ਹੈ। ਗੁਰੂ ਕਹਿੰਦਾ ਕਾਲਾ ਨਾ ਪਏ। ਗੁਰੂ ਆਪ ਕਾਲਾ ਨਹੀਂ ਪਿਆ, ਗੁਰੂ ਦੇ ਤੁਸੀਂ ਸਾਹਮਣੇ ਦੇਖੋ ਨਾ। ਮਤਲਬ ਬੰਦਾ ਕਹਿੰਦਾ ਅਸੀਂ ਤਾਂ ਚਾਹੁੰਦੇ ਹਾਂ ਵੀ ਹੁਣੇ ਜਦੇ ਕਦੇਸੇ ਵਕਤ ਹੋਣਾ ਚਾਹੀਦਾ ਹੈਗਾ। ਸਾਡੇ ਪੋਲੀਟੀਕਲ ਸਿਸਟਮ ਕਿਉਂ ਨਹੀਂ ਠੀਕ ਹੋ ਰਿਹਾ? ਮਤਲਬ ਤੁਸੀਂ ਉੱਥੋਂ ਦਾ ਦੇਖੋ ਨਾ, ਤੁਸੀਂ ਧਾਰਮਿਕ ਇੰਸਟੀਟਿਊਸ਼ਨਸ ਲੈ ਲਓ, ਤੁਸੀਂ ਪੋਲੀਟੀਕਲ ਇੰਸਟੀਟਿਊਸ਼ਨਸ ਲੈ ਲਓ, ਸਾਰੇ ਲੈ ਲਓ, ਕਿਉਂ ਨਹੀਂ ਠੀਕ ਹੁੰਦਾ? ਕਿਉਂਕਿ ਅਸੀਂ ਕਾਲੇ ਹੀ ਇੰਨੇ ਵਗਦੇ ਹਾਂ। ਸਾਨੂੰ ਲਾਉਣ ਦੀ ਵੀ ਕਾਲੀ ਹੈ, ਕਿਸੇ ਨੂੰ ਬਾਣ ਦੀ ਵੀ ਕਾਲੀ ਹੈ, ਬਸ ਇਸੇ ਰੂਪ ਦੇ ਵਿੱਚ ਹਲਿਆ 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 ਉਸ ਰੂਪ ਦੇ 'ਚ ਕੀਤੀ ਹੈਗੀ ਹੈ। ਭਾਵ ਅਗਰੈਸ਼ਨ ਇਤਨਾ ਜ਼ਿਆਦਾ। ਟਿਕ ਜਾਓ, ਥੋੜ੍ਹੇ ਡੀਪ ਲੈਵਲ 'ਤੇ ਸੋਚੋ। ਕਿਸੇ ਇੱਕ ਪੋਲੀਟੀਕਲ ਬੰਦੇ ਨੂੰ ਗਾਲਾਂ ਕੱਢੀ ਜਾਓਗੇ, ਦੂਜੇ ਨੂੰ ਕੱਢੀ ਜਾਓਗੇ। ਇਹ ਪੋਲੀਟੀਕਲ ਬੰਦੇ ਐਵੇਂ ਥੋੜ੍ਹਾ ਆ ਗਏ ਨੇ, ਵੋਟਾਂ ਪੈ ਕੇ ਆਏ ਨੇ, ਅਸੀਂ ਤੁਸੀਂ ਪਾਈਆਂ ਸਾਰੀਆਂ, ਸਾਡੇ ਲੋਕ ਨੇ। ਮਤਲਬ ਕਾਲੇਪਨ ਦੇ ਵਿੱਚ ਗੁਰੂ ਕਹਿੰਦਾ ਟਕਾਅ ਵਿੱਚ ਆ। ਗੁਰੂ ਨੇ ਜਿਹੜਾ ਕੰਮ ਕੀਤਾ, ਜਿੱਥੇ ਬੰਦਾ ਕਹਿੰਦਾ ਵੀ ਇੱਕ ਜ਼ਿੰਦਗੀ ਦੇ ਵਿੱਚ ਨਾ ਮੇਰੇ ਹੁੰਦਿਆਂ ਹੁੰਦਿਆਂ ਆਹ ਕੰਮ ਹੋ ਜਾਣਾ ਚਾਹੀਦਾ ਹੈਗਾ। ਅਸੀਂ ਹਮੇਸ਼ਾ ਇਹ ਕਹਿੰਦੇ ਹਾਂ, ਹਮੇਸ਼ਾ ਸਾਡੀ ਇਹ ਬਾਤ ਹੁੰਦੀ। ਬਾਬਾ ਜੀ ਕਹਿੰਦੇ ਨਹੀਂ, ਕੋਈ ਗੱਲ ਨਹੀਂ, ਮੈਂ ਹੋਵਾਂ ਨਾ ਹੋਵਾਂ ਇਸ ਕੰਮ ਵੱਲ ਨੂੰ ਘੱਟ ਤੋਂ ਘੱਟ ਬਾਤ ਤੁਰ ਪਵੇ, ਦੈਟਸ ਐਨਫ। ਬਾਬਾ ਨਾਨਕ ਜੀ, ਇੱਕ ਜੀਵਨ, ਦੋ ਜੀਵਨ, ਤਿੰਨ ਜੀਵਨ, ਚਾਰ ਜੀਵਨ, ਪੰਜ ਜੀਵਨ, ਛੇ ਜੀਵਨ, ਸੱਤ ਜੀਵਨ, ਅੱਠ ਜੀਵਨ, ਨੌ ਜੀਵਨ, ਫਿਰ ਦਸ ਜੀਵਨ, ਫਿਰ ਇੱਥੇ ਹੀ ਬਸ ਨਹੀਂ। ਕਿਹਾ ਖਾਲਸਾ ਜੀ, ਇਹ ਕੰਮ ਤੁਸੀਂ ਕਰਨਾ ਹੈ। ਮਤਲਬ ਇਸ ਰੂਪ ਦੇ 'ਚ ਪੇਸ਼ੈਂਸ, ਟਕਾ, ਧੀਰਜ, ਇਹ ਗੁਰੂ ਸਿਖਾਉਂਦਾ ਹੈ। ਚੀਜ਼ਾਂ ਬਣ ਜਾਂਦੀਆਂ ਨੇ, ਉਸਰ ਜਾਂਦੀਆਂ ਨੇ, ਸਭ ਭਲਾ ਹੋ ਜਾਂਦਾ, ਅਸੀਂ ਹੌਸਲਾ ਛੱਡ ਜਾਂਦੇ ਹਾਂ। ਇੱਥੇ ਮੈਂ ਸਪੋਜ਼ ਕਰੋ ਹੈਗੀਆਂ ਕਹਾਣੀਆਂ ਨੇ ਪੰਚਤੰਤਰ ਦੀਆਂ, ਇਹਨਾਂ 'ਚ ਮਤਲਬ ਉਸ ਕਿਸਮ ਦਾ ਸੱਚ ਨਹੀਂ ਹੈਗਾ। ਕਈ ਵਾਰੀ ਕਿਹਾ ਜਾਂਦਾ ਅੱਠ ਪਹਿਰਾਂ ਦੇ ਵਿੱਚ, 24 ਆਵਰਸ ਦੇ ਵਿੱਚ, ਬੰਦੇ ਦੀ ਜ਼ਬਾਨ 'ਤੇ ਘੜੀ ਐਸੀ ਆਉਂਦੀ ਹੈ ਜਦੋਂ ਰੱਬ ਆ ਕੇ ਬਹਿ ਜਾਂਦਾ ਅਤੇ ਜੋ ਬੰਦਾ ਕਹਿੰਦਾ ਉਹ ਸੱਚ ਹੋ ਜਾਂਦਾ। ਕਹਾਣੀ ਆਪਨੇ ਸੁਣੀ ਹੈ, ਉਹ ਕਿਸਾਨ ਕਹਿੰਦਾ ਹਾਂ ਠੀਕ ਆ, ਅੱਛਾ ਐਵੇਂ ਹੋ ਸਕਦਾ, ਹਲ ਚੱਕਿਆ ਲੱਕੜ ਦਾ, ਖੜਾ ਹੋ ਗਿਆ, ਸੋਨੇ ਦਾ ਬਣ ਜਾ, ਸੋਨੇ ਦਾ ਬਣ ਜਾ, ਸੋਨੇ ਦਾ ਬਣ ਜਾ। ਕਹਾਣੀ ਆਪ ਸਭ ਜਾਣਦੇ ਚੰਗੀ ਤਰ੍ਹਾਂ। ਅਖੀਰ ਅੱਠ ਪੈਰ ਨਿਕਲ ਚੱਲੇ, ਨਿਕਲ ਗਿਆ ਅੱਠ ਪੈਰ, ਕਹਿੰਦਾ ਓਹ ਹੋ ਹੋ, ਐਵੇਂ ਕਿਸੇ ਨੇ ਐਵੇਂ ਮਿਹਨਤ, ਐਵੇਂ ਮਗਜ ਖਪਾਈ ਕੀਤੀ, ਬਸ ਉਹ ਇੱਕਦਮ ਚੱਕ ਕੇ ਮਾਰਿਆ। ਕਹਿੰਦਾ ਚੱਲ ਜੇ ਸੋਨੇ ਦਾ ਨਹੀਂ ਹੋਣਾ ਤਾਂ ਲੋਹੇ ਦਾ ਹੀ ਹੋ ਜਾ। ਉਹ ਕਹਿੰਦੇ ਲੋਹੇ ਦਾ ਹੋ ਗਿਆ, ਉਹ ਕੋਈ ਇਸ ਤਰੀਕੇ ਦਾ ਨਹੀਂ ਹੋਇਆ, ਕਿਸੇ ਨੇ ਹਲ ਚੱਕਿਆ ਤਾਂ ਲੋਹੇ ਦਾ ਬਣ ਗਿਆ। ਐਕਚੁਅਲੀ ਗੱਲ ਇਹ ਕੀਤੀ ਗਈ ਕਿ ਜਦੋਂ ਕੰਮ ਬਣਨ ਵਾਲੇ ਪਾਸੇ ਜਾਣ ਲੱਗਦਾ ਉਦੋਂ ਹੌਸਲਾ ਹਰ ਜਾਂਦੇ ਹਾਂ, ਉਦੋਂ ਜਿਹੜਾ ਹੈਗਾ ਬਸ ਇਸੇ ਰੂਪ ਦੇ 'ਚ ਬੰਦਾ ਫਿਰ ਜਿਹੜਾ ਕਾਲਾ ਪੈ ਜਾਂਦਾ ਹੈਗਾ। ਗੁਰੂ ਇਹ ਸਿਖਾਉਂਦਾ, ਗੁਰੂ ਕਹਿੰਦਾ ਨਾ ਇਹ ਕੰਮ ਨਾ ਕਰ। ਗੁਰੂ ਅਮਰਦਾਸ ਸਾਹਿਬ ਜ਼ਿਕਰ ਕਰਦੇ, ਹਰ ਜੀਉ ਮਰੈ ਨਾ ਜਾਏ, ਗੁਰ ਕੈ ਸਹਿਜ ਸੁਭਾਏ, ਜਿਹੜਾ ਗੁਰੂ ਵਾਲਾ ਟਕਾ ਵਾਲਾ ਸੁਭਾਅ ਹੈ ਉਹਦੇ 'ਚ ਚਲਾ ਜਾਏ। ਸਾ ਤਨ ਕੰਤ ਪਿਆਰੀ, ਜਿਹਦੇ 'ਚ ਟਕਾ ਹੈ, ਠਹਿਰਾ ਹੈ, ਉਹੀ ਜੀਵਾਤਮਾ ਕੰਤ ਕਾਲ ਪੁਰਖ ਵਾਹਿਗੁਰੂ ਨੂੰ ਪਿਆਰੀ ਲੱਗਦੀ ਹੈ। ਸੱਚ ਸੰਜਮ ਸਦਾ ਹੈ ਨਿਰਮਲ, ਗੁਰ ਕੈ ਸ਼ਬਦ ਸਿੰਗਾਰੀ। ਸੱਚ ਸੰਜਮ ਸਦਾ ਹੈ ਨਿਰਮਲ, ਦੋ ਚੀਜ਼ਾਂ 'ਤੇ ਫਿਰ ਫੋਕਸ ਕੀਤਾ ਗਿਆ, ਸੱਚ 'ਤੇ ਅਤੇ ਸੰਜਮ 'ਤੇ। ਝੂਠ ਕਿਤੇ ਲੈ ਕੇ ਨਹੀਂ ਜਾਂਦਾ, ਝੂਠ ਬੋਲਣਾ, ਝੂਠ ਸੁਣਨਾ, ਝੂਠ ਸੋਚਣਾ, ਝੂਠਾ ਜੀਵਨ ਵਿਖਾਉਣਾ ਲੋਕਾਂ ਨੂੰ, ਸਭ ਬੇਕਾਰ ਹੈ। ਇਹ ਆਪਣੇ ਆਪ ਨੂੰ ਚੀਟ ਕਰਨਾ ਹੈ, ਧੋਖਾ ਦੇਣਾ ਹੈ। ਆਖਿਰਕਾਰ ਅੰਦਰੋਂ ਬਾਹਰੋਂ ਇੱਕ ਹੋਣਾ ਚਾਹੀਦਾ ਬੰਦਾ। ਮਤਲਬ ਹੁੰਦਾ ਕਈ ਵਾਰੀ ਅੰਦਰ ਗੁੱਸਾ ਵੀ ਹੈ, ਮਾੜਾਪਨ ਵੀ ਹੈ, ਖੋਲ੍ਹ ਕੇ ਬੋਲ ਕੇ ਦੱਸੋ ਆਹ ਹੈ ਭਾਈ ਸੱਚ, ਸਹੀ ਰੂਪ ਦੇ ਵਿੱਚ। ਇਸ ਤਰੀਕੇ ਨਾਲ
ਉਹਦੇ 'ਚ ਡਰ ਲੱਗਦਾ ਵੀ ਜੇ ਜੋ ਕੁਝ ਮੈਂ ਅੰਦਰ ਸੋਚਦਾ ਬਾਹਰ ਦੱਸਿਆ ਤੇ ਉਨੀ ਸਮਰੱਥਾ ਨਹੀਂ ਜਰ ਸਕਣ ਦੀ। ਇਸ ਕਰਕੇ ਫਿਰ ਇੱਕ ਵਿਖਾਵੇ ਦਾ ਜੀਵਨ, ਜਿਹਨੂੰ ਪਖੰਡ ਕਹਿੰਦੇ ਅਸੀਂ, ਹਿਪੋਕ੍ਰੇਸੀ, ਉਹ ਚੱਲ ਰਹੀ ਹੁੰਦੀ ਹੈ ਸਾਰੇ ਦੀ ਸਾਰੇ। ਗੁਰੂ ਸਾਹਿਬ ਨੇ ਕਿਹਾ ਸਚਿਆਰ ਬਣਨਾ ਹੈ ਸੱਚ ਬੋਲ। ਅਸੀਂ ਸਿੱਧੇ ਤੌਰ 'ਤੇ ਬਾਣੀ ਅਤੇ ਬਚਨ ਪੜ੍ਹਦੇ ਹਾਂ, ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ, ਜੋ ਗੁਰਦੱਸੈ ਵਾਟ ਮੁਰੀਦਾਂ ਜੋਲੀਏ। ਜਿਹਨੂੰ ਸਾਹਿਬ ਨੇ ਕਿਹਾ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪੋ ਖੋਵਣਾ। ਇੱਥੇ ਨਾ ਤੂੰ ਮਤਲਬ ਮਰ ਕੇ ਹੀ ਮਿਲੇਗੀ ਆ ਜੀ, ਤੈਨੂੰ ਆਪਣਾ ਆਪਾ ਮਾਰਨਾ ਪਏਗਾ। ਸੱਚ ਮੌਤ ਨੂੰ ਕਿਹਾ ਜਾਂਦਾ ਅਤੇ ਮੌਤ ਮਰਨਾ ਹੀ ਹੁੰਦਾ ਇੱਕ ਤਰ੍ਹਾਂ ਦਾ, ਇੱਥੇ ਜਾ ਕੇ ਬਾਤ ਬਣਦੀ ਹੈ। ਸੋ ਇੱਥੇ ਕਿਹਾ ਗਿਆ ਗੁਰੂ ਤੈਨੂੰ ਸੱਚ ਦੇ ਜੀਵਨ ਦੀ ਬਾਤ ਸਿਖਾ ਰਿਹਾ। ਇਹ ਜੀਵਨ ਦਾ ਸਭ ਤੋਂ ਵੱਡਾ ਸ਼ਿੰਗਾਰ ਹੈ ਸੱਚ। ਫਿਰ ਦੂਸਰਾ ਹੈ ਸੰਜਮ। ਸੰਜਮ ਐਗਜੈਕਟਲੀ ਹਰ ਚੀਜ਼ ਜਿਹੜੀ ਨਾ ਜਿਵੇਂ ਗੋਲ ਦਾਇਰੇ 'ਚ ਘੁੰਮ ਕੇ ਉੱਥੇ ਨਹੀਂ ਆ ਜਾਂਦੀ, ਫਿਰ ਦੁਬਾਰਾ ਉੱਥੇ ਆ ਜਾਂਦੀ ਘੁੰਮ ਘੁੰਮ ਕੇ। ਜੇ ਆਪਾਂ ਦੇਖੀਏ ਨਾ ਸੰਜਮ, ਸੰਜਮੀ ਜੀਵਨ ਕੀ ਹੈ? ਖਾਣ ਪਾਣ, ਰਹਿਣ ਸਹਿਣ, ਬੋਲ ਬਾਣੀ, ਹਰ ਚੀਜ਼ ਦਾ ਸੰਜਮ। ਬੰਦੇ ਦੇ ਵਿੱਚ ਇਸ ਚੀਜ਼ ਦੀ ਬੜੀ ਵੱਡੀ ਕਮੀ ਹੈ। ਬੰਦਾ ਮਤਲਬ ਕਿਸੇ ਵੀ ਚੀਜ਼ ਤੋਂ ਆਪਣੇ ਆਪ ਨੂੰ ਸੰਕੋਚ ਕੇ ਰੱਖਣਾ ਬੜਾ ਔਖਾ ਲੱਗਦਾ ਉਹਨੂੰ, ਸੰਜਮੀ ਜੀਵਨ। ਹੁਣ ਖਾਣ ਦੀ ਬਾਤ ਕਰੀਏ, ਮਾਫ਼ੀ ਮੰਗਾਂਗਾ ਮੈਂ, ਸਾਡੇ ਘਰਾਂ ਥਾਵਾਂ ਦੇ ਵਿੱਚ ਮਤਲਬ ਇੱਕੋ ਚੀਜ਼ 'ਤੇ ਪੂਰਾ ਜ਼ੋਰ ਦਿੱਤਾ ਗਿਆ, ਮਿੱਠਾ 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 ਮਿੱਠਾ। ਹਾਲਾਂਕਿ ਇੰਨਾ ਜ਼ਿਆਦਾ ਜਿਹੜਾ ਹੈਗਾ ਆ ਇੱਥੇ ਸਾਡੇ ਪੀਲ ਰੀਜਨ ਦੇ 'ਚ ਕਿਹਾ ਜਾ ਰਿਹਾ ਹੈ ਕਿ ਜਿਹੜੀ ਡਾਇਬਟੀਜ਼ ਹੈ, ਸ਼ੂਗਰ ਜਿਹਨੂੰ ਕਹਿੰਦੇ ਹਾਂ ਅਸੀਂ, ਇਹ ਪੈਂਡੈਮਿਕ ਬਣ ਗਈ ਆ, ਮਹਾਂਮਾਰੀ ਬਣ ਗਈ ਹੈ। ਦੋ ਹੀ ਪੋਕਿਟਸ ਨੇ ਪੂਰੇ ਕੈਨੇਡਾ ਦੇ ਵਿੱਚ, ਇੱਕ ਆ ਪੀਲ ਏਰੀਆ, ਦੂਜਾ ਸਰੀ ਡੈਲਟਾ ਜਿਹੜਾ ਏਰੀਆ, ਉਹ ਵਾਲਾ ਸਰੀ ਡੈਲਟਾ ਦਾ ਏਰੀਆ, ਦੋਵਾਂ ਦੇ ਵਿੱਚ ਇੰਨੀ ਜ਼ਿਆਦਾ ਵੱਧ ਰਹੀ ਹੈ। ਰੀਜ਼ਨ ਖਾਣ ਦਾ ਹੀ ਸੰਜਮ ਨਹੀਂ ਹੈਗਾ, ਮਤਲਬ ਕਿਤੇ ਨਾ ਕਿਤੇ ਕੁਝ ਨਾ ਕੁਝ ਤਵਾਜਨ ਹੋਣਾ ਚਾਹੀਦਾ ਹੈਗਾ। ਕਿਸ ਤਰੀਕੇ ਦੇ ਨਾਲ ਇੱਕੋ ਚੀਜ਼ ਦੇ ਮਗਰ ਸ਼ੂਗਰ 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 ਹਰ ਵਕਤ। ਇੱਥੋਂ ਜਾ ਕੇ ਅਸੀਂ ਇਹ ਕਹੀਏ ਅਸੀਂ ਤਾਂ ਗੁਰੂ ਵਾਲੇ ਰਾਹ 'ਤੇ ਚੱਲ ਕੇ ਅਸੀਂ ਤਾਂ ਸਿੱਖ ਬਣਨਾ ਹੈ, ਸਿੱਖ ਬਣਨਾ ਅਤੇ ਵਕਾਰ ਛੱਡਣੇ ਨੇ, ਨਿੰਦਿਆ ਛੱਡਣੀ ਹੈ, ਈਰਖਾ ਛੱਡਣੀ, ਦਵੈਕ ਛੱਡਣਾ, ਸਾੜਾ ਛੱਡਣਾ, ਦੂਜੇ ਨੂੰ ਆਪਣਾ ਮੰਨਣਾ, ਸਭ ਵਿੱਚ ਰੱਬ ਦੀ ਜੋਤ ਵੇਖਣੀ, ਕਿੱਡੇ ਉੱਚੇ ਆਦਰਸ਼ ਨੇ। ਬੰਦਾ ਤਾਂ ਖਾਣ ਪਾਣ ਦੇ ਸੰਜਮ ਨਹੀਂ ਪਾਲ ਪਾ ਰਿਹਾ। ਇੱਥੋਂ ਜਾ ਕੇ ਪਤਾ ਲੱਗਦਾ ਕਿ ਕਿੱਥੇ ਅਸੀਂ ਗੁਰੂ ਦੇ ਨੇੜੇ ਜਾ ਰਹੇ ਹਾਂ। ਇੱਥੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਸ਼ਿੰਗਾਰ ਕਰਨਾ ਹੈ ਨਾ ਜੀਵਾਤਮਾ ਨੇ, ਤਾਂ ਕਿ ਅਕਾਲ ਪੁਰਖ ਵਾਹਿਗੁਰੂ ਪ੍ਰਭੂਪਤੀ ਨੂੰ ਚੰਗੀ ਲੱਗ ਸਕੇ। ਸੱਚ ਸੰਜਮ ਸਦਾ ਹੈ ਨਿਰਮਲ, ਇਹ ਹੈ ਮੈਲ ਰਹਿਤ ਜੀਵਨ। ਉਹਦੇ 'ਚ ਸੱਚ ਹੋਏ, ਉਹਦੇ 'ਚ ਸੰਜਮ ਹੋਏ, ਅਤੇ ਗੁਰ ਕਾ ਸ਼ਬਦ ਸ਼ਿੰਗਾਰੀ। ਜਿੰਨਾ ਅਸੀਂ ਸ਼ਬਦ ਪੜ੍ਹਦੇ ਹਾਂ, ਇਹਨੂੰ ਇਸ ਲੈਵਲ 'ਤੇ ਵੀ ਦੇਖਣਾ। ਦੇਖੋ ਹੁਣ ਗੱਲ ਕੀਤੀ ਆਪਾਂ ਨੇ ਆਈਡੀਅਲ, ਵੀ ਇਹ ਆਦਰਸ਼ਕ ਗੱਲ ਹੈ, ਸਾਨੂੰ ਐਵੇਂ ਦੇ ਬਣਨਾ ਚਾਹੀਦਾ ਹੈਗਾ। ਸਪੋਜ਼ ਕਰੋ ਤੁਸੀਂ ਬੱਚੇ ਨੂੰ ਇਹ ਕਹੀ ਜਾਓ, ਓਏ ਤੂੰ ਡਾਕਟਰ ਕਿਉਂ ਨਹੀਂ ਬਣਦਾ, ਉਹ ਤੂੰ ਡਾਕਟਰ ਕਿਉਂ ਨਹੀਂ ਬਣਦਾ, ਮਤਲਬ ਇਸ ਤਰੀਕੇ ਪੜ੍ਹ ਕੇ ਡਾਕਟਰ ਬਣ ਗਿਆ, ਫਲਾਣਾ ਵੀ ਤਾਂ ਬਣ ਗਿਆ, ਫਲਾਣਾ ਵੀ ਤਾਂ ਬਣ ਗਿਆ। ਜਦੋਂ ਇੱਕ ਚੀਜ਼ ਅਸੀਂ ਬੱਚੇ ਨੂੰ ਕਹਾਂਗੇ ਤਾਂ ਬੱਚੇ ਨੂੰ ਗੱਲ ਕੀ ਹੈ, ਉਹ ਪਹਾੜ ਲੱਗੇਗਾ, ਉਹਨੂੰ ਲੱਗੇਗਾ, ਉਹਨੂੰ ਐਨਗਜ਼ਾਇਟੀ ਹੋਣੀ ਸ਼ੁਰੂ ਹੋ ਜਾਏਗੀ, ਉਹਨੂੰ ਮੁਸ਼ਕਲ ਹੋ ਜਾਏਗੀ ਪੈਦਾ, ਉਹਨੂੰ ਲੱਗੇਗਾ ਵੀ ਇਹ ਤਾਂ ਮਤਲਬ ਮੈਨੂੰ ਤੰਗ ਕਰ ਰਹੇ ਨੇ, ਮੈਨੂੰ ਤਾਂ ਇਸ ਰੂਪ ਵਿੱਚ ਹੋ ਰਿਹਾ। ਹੁਣ ਕੀ ਹੈ, ਤੁਸੀਂ ਉਹਨੂੰ ਡਾਕਟਰ ਬਣਾਉਣਾ ਚਾਹੁੰਦੇ ਹੋ ਨਾ, ਫਿਰ ਇਕੱਲਾ ਇਹ ਨਾ ਕਹੋ ਵੀ ਡਾਕਟਰ ਬਣ ਜਾ, ਉਹਨੂੰ ਮਦਦ ਕਰੋ, ਉਹਨੂੰ ਛੋਟੇ ਛੋਟੇ ਸਟੈਪ ਲੈਣੇ ਸਿੱਖੋ, ਉਸ ਪਾਸੇ ਨੂੰ ਦੱਸਣਾ ਸ਼ੁਰੂ ਕਰੋ। ਬੀਤੇ ਕੱਲ੍ਹ ਮੈਂ ਆਪ ਕੋਲੋਂ ਚਲਾ ਗਿਆ ਸੀਗਾ ਜਲਦੀ, ਅਸਲ ਵਿੱਚ ਇੱਕ ਇੰਸਟੀਟਿਊਸ਼ਨ ਦੇ ਵਿੱਚ ਕਿਸੇ ਨੇ ਸੁਸਾਈਡ ਕਰ ਲਿਆ ਸੀ।
ਜੇਲ੍ਹ ਦੇ ਵਿੱਚ। ਆਪ ਹੈਰਾਨ ਹੋਵੋਗੇ, ਬੰਦਾ ਕਿੰਨੇ ਸਾਲਾਂ ਤੋਂ ਜੇਲ੍ਹ ਕੱਟ ਰਿਹਾ, ਕੱਟ ਲਈ ਜੇਲ੍ਹ ਕੱਟੀ ਗਈ, ਕੱਲ੍ਹ ਉਹਦੇ ਛੁੱਟਣ ਦੀ ਤਰੀਕ ਸੀ, ਐਂਡ ਹੀ ਡਿਡ ਦੈਟ। ਇਹ ਅਕਸਰ ਹੁੰਦਾ। ਰੀਜ਼ਨ ਕੀ ਹੈ? ਰੀਜ਼ਨ ਇਹ ਹੈਗਾ ਕਿ ਹੁਣ ਉਹਨੂੰ ਬਾਹਰ ਨਿਕਲ ਕੇ ਸੱਚਾਈ ਨੂੰ ਫੇਸ ਕਰਨਾ ਪੈਣਾ, ਉਹਦੀ ਪ੍ਰੈਪਰੇਸ਼ਨ ਨਹੀਂ ਹੋਈ। ਜਦੋਂ ਪ੍ਰੈਪਰੇਸ਼ਨ ਨਹੀਂ ਹੋਈ, ਫਿਰ ਉਹਨੂੰ ਲੱਗਦਾ ਉਹ ਹੋ ਇਹ ਤਾਂ ਪਹਾੜ ਚੁੱਕਣਾ ਪਏਗਾ, ਮੈਂ ਨਹੀਂ ਚੁੱਕ ਸਕਾਂਗਾ। ਗੁਰੂ ਸਾਹਿਬ ਨੇ ਜਿਹੜਾ ਸਾਨੂੰ ਜੀਵਨ ਦਿੱਤਾ ਹੈ ਨਾ, ਜੀਵਨ ਤਾਂ ਹੈ ਸੱਚ ਸੰਜਮ ਦਾ, ਪਰ ਗੁਰੂ ਸਾਹਿਬ ਇਹ ਨਹੀਂ ਕਹਿੰਦੇ ਵੀ ਹਾਂ ਤੂੰ ਸਚਿਆਰ ਬਣ ਜਾ ਭਾਈ, ਤੂੰ ਸੰਜਮੀ ਹੋ ਜਾ, ਤੂੰ ਸਹਿਜ ਵਿੱਚ ਆ ਜਾ। ਗੁਰੂ ਸਾਹਿਬ ਕਹਿੰਦੇ ਨਹੀਂ ਨਹੀਂ ਮੈਂ ਤੈਨੂੰ ਸ਼ਬਦ ਨਾਲ ਸ਼ਿੰਗਾਰਾਂਗਾ। ਸ਼ਬਦ ਨਾਲ ਸ਼ਿੰਗਾਰਾਂਗਾ ਮਤਲਬ ਸ਼ਬਦ ਦੇ ਜ਼ਰੀਏ ਤੈਨੂੰ ਹੌਲੀ ਹੌਲੀ ਉਸ ਕੈਪੇਬਲ ਬਣਾਵਾਂਗਾ ਤੂੰ ਉੱਥੋਂ ਤੱਕ ਪਹੁੰਚ ਸਕੇ। ਓਵਰਨਾਈਟ ਕੋਈ ਨਹੀਂ ਹੁੰਦਾ। ਅਸੀਂ ਬਹੁਤੀ ਵਾਰੀ ਕੰਪੈਰੀਜ਼ਨ ਕਰਦੇ ਹਾਂ, ਜਿਵੇਂ ਮੈਂ ਹੁਣੇ ਗੱਲ ਕਹੀ ਹੈ, ਹੁਣ ਸਪੋਜ਼ ਕਰੋ ਬੰਦੇ ਦੇ ਅੰਦਰ ਕੈਮੀਕਲ ਪਏ ਨੇ ਇਤਨੇ ਜ਼ਿਆਦਾ ਕਿ ਉਹਨੂੰ ਕਰੇਵਿੰਗ ਹੁੰਦੀ ਹੈ ਖਾਣ ਦੀ, ਪਾਣ ਦੀ, ਰਹਿਣ ਦੀ, ਹਰ ਚੀਜ਼ਾਂ ਦੀ ਸਰੂਪ ਦੇ ਵਿੱਚ। ਹੁਣ ਪਹਿਲੇ ਲੈਵਲ 'ਤੇ ਬੰਦੇ ਦੀ ਮਦਦ ਕਰਨੀ ਕਿ ਉਹ ਆਪਣੀ ਕਰੇਵਿੰਗ ਨੂੰ ਸਮਝ ਸਕੇ, ਮੈਨੂੰ ਜਿਹੜੀ ਬਿਨਾਂ ਵਜ੍ਹਾ ਖੋ ਪੈਂਦੀ ਹੈ ਮੈਂ ਪਹਿਲਾਂ ਇਹਦੇ 'ਤੇ ਕੰਮ ਕਰਾਂ, ਹੁਣ ਇਸ ਰੂਪ ਦੇ 'ਚ ਕੰਮ ਕਰਨਾ। ਇਹਦੇ 'ਤੇ ਸ਼ਬਦ ਫਿਰ ਦੱਸਦਾ ਹੈਗਾ, ਸ਼ਬਦ ਦੱਸਦਾ ਹੈਗਾ ਇਹ ਮਨ ਜਿਹੜਾ ਹੈ ਨਾ, ਇਹਦਾ ਮੌਲਿਕ ਸੁਭਾਅ ਇਹ ਬੜਾ ਵੀਕ ਆ, ਇਹ ਬੜਾ ਕਮਜ਼ੋਰ ਆ। ਜੇ ਇਹਦੀ ਕਮਜ਼ੋਰੀ ਨੂੰ ਤੂੰ ਉਸ ਰੂਪ ਦੇ 'ਚ ਸੁਣੀ ਜਾਏਗਾ, ਇਹ ਤੈਨੂੰ ਹੋਰ ਕਮਜ਼ੋਰ ਕਰੇਗਾ, ਹੋਰ ਕਮਜ਼ੋਰ ਕਰੇਗਾ। ਇਸ ਕਰਕੇ ਹੌਲੀ ਹੌਲੀ ਕਰਕੇ ਮਨ ਨੂੰ ਡਾਢਾ ਕਰ, ਅਤੇ ਡਾਢਾ ਇਸ ਰੂਪ ਦੇ ਵਿੱਚ ਕਰ ਜਿਵੇਂ ਅਸੀਂ ਕਈ ਵਾਰੀ ਸ਼ਬਦ ਵਿਚਾਰਦੇ ਹਾਂ ਭਗਤ ਫਰੀਦ ਜੀ ਦਾ, ਛੈਲ ਲੰਘੇਂਦੇ ਪਾਰ ਗੋਰੀ ਮਨ ਧੀਰੇ ਆ। ਜਦੋਂ ਵੇਖਿਆ ਨਾ ਵੀ ਤਕੜੇ ਤਕੜੇ ਛੈਲ ਛਬੀਲੇ ਇਹ ਜਿਹੜੇ ਰਾਹ ਦੇ ਵਿੱਚ ਨਾਲੇ ਹੁੰਦੇ ਨੇ, ਪਡਲਸ ਹੁੰਦੀਆਂ ਨੇ, ਪਾਣੀ ਦੇ ਵੱਡੇ ਵੱਡੇ ਟੋਏ ਟਿੱਬੇ ਹੁੰਦੇ ਨੇ, ਇਹਨਾਂ ਦੇ ਉੱਤੋਂ ਛੜੱਪੇ ਮਾਰ ਮਾਰ ਕੇ ਪਾਰ ਹੋਈ ਜਾਂਦੇ ਨੇ। ਜਿਹੜੀ ਇੱਕ ਛੋਟੀ ਜਿਹੀ ਅਦਨੀ ਗੋਰੀ ਜੀਵ ਇਸਤਰੀ ਹੈ ਉਹ ਫਿਰ ਹੌਂਸਲਾ ਕਰਦੀ ਹੈ ਵੀ ਕੋਈ ਗੱਲ ਨਹੀਂ, ਅਜੇ ਮੈਂ ਐਡਾ ਛੈਲ ਛਬੀਲਾ ਤਾਂ ਨਹੀਂ ਹੈਗਾ, ਐਡੀ ਤਾਕਤ ਤਾਂ ਨਹੀਂ ਹੈ ਮੇਰੇ ਦੇ ਵਿੱਚ, ਪਰ ਇਹ ਜ਼ਰੂਰੀ ਹੈ ਵੀ ਜੇ ਇਹ ਟੱਪ ਸਕਦੇ ਨੇ ਮੈਂ ਵੀ ਟੱਪ ਸਕਦਾ, ਮੈਂ ਵੀ ਹੌਲੀ ਹੌਲੀ ਹੌਂਸਲਾ ਕਰਾਂ, ਇਸ ਰੂਪ ਦੇ 'ਚ ਅਗਰਸਰ ਹੋ ਸਕਣਾ। ਸੋ ਮਨ ਦੀ ਇਸ ਕਮਜ਼ੋਰੀ ਨੂੰ ਇਸ ਰੂਪ ਵਿੱਚ ਹੈਂਡਲ ਕਰਨਾ ਕਿ ਜੇ ਉਹ ਕਰ ਰਿਹਾ ਉਹ ਕਰ ਰਿਹਾ ਮੈਂ ਵੀ ਕਰ ਸਕਦਾ। ਗੁਰੂ ਸਾਹਿਬ ਇਸ ਰੂਪ ਵਿੱਚ ਸਿਖਾਉਂਦੇ ਵੀ ਭਲੇ ਬੰਦੇ ਦੇਖ ਇਸ ਸੰਸਾਰ ਦੇ ਵਿੱਚ ਔਗਣ ਨੇ, ਮਾੜੀਆਂ ਆਦਤਾਂ ਨੇ, ਬੜਾ ਕੁਝ ਹੈ, ਪਰ ਤੂੰ ਹੌਲੀ ਹੌਲੀ ਆਪਣੇ ਆਪ ਨੂੰ ਪ੍ਰਪੇਅਰ ਕਰ। ਉਸ ਪ੍ਰੈਪਰੇਸ਼ਨ ਵਾਸਤੇ ਸ਼ਬਦ ਹੈ, ਸੰਗਤ ਹੈ, ਜਿਹੜੀ ਅਸੀਂ ਪਿਛਲੇ ਸ਼ਬਦਾਂ 'ਚ ਵਿਚਾਰ ਰਹੇ ਸੀਗੇ। ਇੱਥੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਗੁਰ ਕੈ ਸ਼ਬਦ ਸ਼ਿੰਗਾਰੀ, ਆਹ ਵਾਲੇ ਸ਼ਿੰਗਾਰ ਕਰੀ ਸ਼ਬਦ ਦੇ ਜ਼ਰੀਏ ਆਹ ਰਾਹ ਫੜੀ। ਅਗਲਾ ਵਾਕ ਲਿਖਿਆ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪ ਉਪਾਇਆ। ਬਾਕੀ ਕਈ ਵਾਰ ਬੰਦਾ ਇਹ ਵੀ ਸੋਚਦਾ ਹੈ ਸਾਡਾ ਜਦੋਂ ਕੋਈ ਕੰਮ ਨਾ ਹੁੰਦਾ ਹੋਏ ਸਾਡੇ ਤੋਂ, ਫਿਰ ਅਸੀਂ ਇੱਕ ਲੈਵਲ 'ਤੇ ਜਾ ਕੇ ਗੱਲ ਮੁਕਾ ਦਿੰਦੇ ਹਾਂ ਵੀ ਜੇ ਰੱਬ ਨੇ ਚਾਹਿਆ ਤਾਂ ਹੋ ਜਾਏਗਾ, ਜੇ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦਾ ਹੋਇਆ ਨਾ ਤਾਂ ਹੋ ਜਾਏਗਾ, ਫਿਰ ਕੋਈ ਗੱਲ ਨਹੀਂ। ਇਸ ਰੂਪ ਅਸੀਂ ਇਹ ਇਸ ਤਰੀਕੇ ਨਾਲ ਕਰਦੇ ਨੇ। ਗੁਰੂ ਸਾਹਿਬ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਕੁਝ ਹੋਰ ਨਹੀਂ, ਉਹ ਆਪਣੇ ਆਪ ਤੋਂ ਆਪ ਬਣੀ ਹਸਤੀ ਏ। ਇਹਨੂੰ ਇੱਕ ਮੈਟਾਫੋਰਿਕ ਵੇ ਨਾਲ ਲਿਆਂਦਾ ਗਿਆ, ਲਿਆਂਦਾ ਇਸ ਤਰੀਕੇ ਨਾਲ ਗਿਆ ਕਿ ਜੇ ਤੂੰ ਵੀ ਚਾਹੇਂਗਾ ਕੁਝ ਬਣਨਾ ਹੋਣਾ ਤੂੰ ਵੀ ਹੋ ਸਕੇਗਾ। ਇਹ ਆਪੇ ਆਪ ਉਪਾਏ ਦੀ ਗੱਲ ਹੈ, ਤੂੰ ਆਪਣੇ ਵਿੱਚੋਂ ਹੀ ਉਸ ਸੱਚ ਨੂੰ ਪੈਦਾ ਕਰਨਾ ਹੈ।
ਇਸ ਹੌਸਲਾ ਨਾ ਹਾਰ, ਨਾ ਬਿਲਕੁਲ ਢੇਰੀ ਢਾ ਕੇ ਬੈਠ, ਉਹਦੀ ਬਾਤ ਕੀਤੀ। ਨਾਨਕ ਸਦਾ ਪਿਰਰਾਵੇ ਆਪਣਾ ਜਿਹਨੂੰ ਗੁਰਚਰਨੀ ਚਿਤਲਾਇਆ, ਪਹਿਲੇ ਪਦੇ ਦੀ ਗੱਲ ਮੁਕਾ ਦਿੱਤੀ। ਹੇ ਨਾਨਕ ਕਹਿ, ਉਹ ਆਪਣੇ ਪਿਰ ਨਾਲ ਸਦਾ ਰਾਵ ਲੈਂਦੀਆਂ ਨੇ ਜਿਨ੍ਹਾਂ ਦਾ ਚਿੱਤ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ, ਭਾਵ ਗੁਰੂ ਦੇ ਦੱਸੇ ਰਾਹ 'ਤੇ ਤੁਰਦੇ ਨੇ। ਅਗਲਾ ਵਾਕ ਹੈ, ਪਿਰ ਪਾਇੜਾ ਬਾਲੜੀਏ ਅਨਦਿਨ ਸਹਿਜੇ ਮਾਤੀ ਰਾਮ। ਮਾਤੀ ਹੁੰਦੀ ਏ ਮਸਤ ਹੋ ਜਾਣਾ, ਮਸਤੀ ਆ ਜਾਣੀ। ਜਿਹੜਾ ਕੰਮ ਸਾਨੂੰ ਕਰਦਿਆਂ ਹੋਇਆਂ ਕੰਫਰਟੇਬਲ ਫੀਲ ਨਹੀਂ ਹੁੰਦਾ, ਜਿਹੜਾ ਕੰਮ ਕਰਕੇ ਸਾਨੂੰ ਖੁਸ਼ੀ ਨਹੀਂ ਮਿਲਦੀ, ਸਾਨੂੰ ਚਾਅ ਨਹੀਂ, ਖੇੜਾ ਨਹੀਂ ਆਉਂਦਾ, ਅਸੀਂ ਲੰਬਾ ਸਮਾਂ ਨਹੀਂ ਕਰ ਸਕਦੇ। ਅਸੀਂ ਉਸ ਚੀਜ਼ ਨੂੰ ਥੋੜ੍ਹਾ ਬਹੁਤਾ ਸਮਾਂ, ਸ਼ਾਇਦ ਮੈਂ ਕਿਤੇ ਮਿਸਾਲ ਕੀਤੀ ਹੋ, ਜਿਵੇਂ ਸਾਡੇ ਸਿਰ 'ਤੇ ਪੱਖੇ ਚੱਲਦੇ ਨੇ ਅਤੇ ਉਹ ਪੱਖਾ ਚਲਾਉਣ ਦਾ ਇੱਕ ਤਰੀਕਾ, ਅਤੇ ਇਹ ਡੰਡਾ ਫੜ ਕੇ ਘੁਮਾਈ ਜਾਓ ਪਰ ਨੂੰ, ਕਿੰਨੀ ਦੇਰ ਘੁਮਾਓਗੇ, ਥੱਕ ਜਾਓਗੇ, ਹਵਾ ਵੀ ਨਹੀਂ ਆਏਗੀ। ਇੱਕ ਤਰੀਕਾ ਹੋਰ ਹੈ, ਜਿਹੜੀ ਖਾਸ ਕਰਕੇ ਬਿਜਲੀ ਦੀ ਐਨਰਜੀ, ਇਲੈਕਟ੍ਰੀਕਲ ਐਨਰਜੀ ਹੈਗੀ ਹੈ, ਉਹਨੂੰ ਇਹਦੀ ਮੋਟਰ ਵਿੱਚ ਲਿਆ ਕੇ ਛੱਡਿਆ ਜਾਏ, ਅਤੇ ਮੋਟਰ ਵਾਜਬ ਕੰਮ ਕਰਦੀ ਹੋਏ ਅਤੇ ਫਿਰ ਉਹ ਮੋਸ਼ਨ ਐਨਰਜੀ ਦੇ ਵਿੱਚ, ਉਸ ਤਰੀਕੇ ਨਾਲ ਜਿਹੜੀ ਹੈ ਘੁੰਮਣ ਵਾਲੀ ਸ਼ਕਤੀ ਦੇ ਵਿੱਚ ਤਬਦੀਲ ਹੋਏਗੀ। ਫਿਰ ਜਦੋਂ ਤਬਦੀਲ ਹੋਏਗੀ ਫਿਰ ਘੁੰਮੇਗਾ ਅਤੇ ਬੜੀ ਤੇਜ਼ ਘੁੰਮੇਗਾ। ਇਹੋ ਚੀਜ਼ ਆ, ਜਦੋਂ ਅਸੀਂ ਕਿਸੇ ਕੰਮ ਨੂੰ ਪੈਸ਼ਨੇਟ ਹੋ ਕੇ ਕਰਾਂਗੇ, ਸਮਝ ਕੇ ਉਸ ਤਰੀਕੇ ਦੇ ਅੰਦਰ ਚਾਅ ਪੈਦਾ ਹੋਏਗਾ, ਫਿਰ ਹੋ ਜਾਏਗਾ। ਇੱਥੇ ਵਾਕ ਲਿਖਿਆ ਮਹਾਰਾਜ ਗੁਰੂ ਅਮਰਦਾਸ ਜੀ ਨੇ, ਕਹਿਣ ਲੱਗੇ ਕਿ ਗੱਲ ਇਹ ਹੈਗੀ ਹੈ, ਪਿਰ ਪਾਇੜਾ ਬਾਲੜੀਏ ਅਨਦਿਨ ਸਹਿਜੇ ਮਾਤੀ ਰਾਮ। ਤੂੰ ਪ੍ਰਭੂ ਪਤੀ ਅਕਾਲ ਪੁਰਖ ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਪੈ ਸਕਦੀ ਹੈ ਜੀਵਾਤਮਾ, ਜੇ ਤੂੰ ਹਰ ਵਕਤ ਉਹਦੇ ਨਾਮ ਦੀ ਮਸਤੀ ਵਿੱਚ ਰਹੇ। ਹੁਣ ਜਦੋਂ ਨਾਮ ਦੀ ਮਸਤੀ ਦੇ ਵਿੱਚ ਬਾਤ ਕੀਤੀ ਗਈ ਨਾ, ਅਨਦਿਨ ਸਹਿਜੇ ਮਾਤੀ, ਮਾਤੀ ਮਸਤੀ, ਇਹਦੇ ਟਰਾਂਸਲੇਸ਼ਨ ਲਿਟਰਲੀ ਕਰ ਲਈ ਜਾਂਦੀ ਹੈ। ਜਿਵੇਂ ਤੁਸੀਂ ਕਈ ਵਾਰੀ ਸ਼ਬਦ ਪੜ੍ਹਿਆ ਹੋਣਾ, ਟਰਾਲੀਆਂ 'ਤੇ ਲਿਖਿਆ ਹੁੰਦਾ ਸੀ, ਟਰੈਕਟਰ ਮਤਲਬ ਉਹਦੇ 'ਤੇ, ਟਰੱਕਾਂ 'ਤੇ ਵੀ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਅਸਲ 'ਚ ਮਿਹਰਬਾਨ ਦੀ ਜਨਮ ਸਾਖੀ ਦਾ ਵਾਕ ਹੈ, ਗੁਰਬਾਣੀ ਦਾ ਬਚਨ ਨਹੀਂ ਹੈਗਾ, ਇਹ ਗੁਰਬਾਣੀ 'ਚ ਨਹੀਂ ਆ ਰਿਹਾ, ਮਿਹਰਬਾਨ ਨੇ ਲਿਖਿਆ ਜਨਮ ਸਾਖੀ ਦੇ ਵਿੱਚ। ਉੱਥੋਂ ਹੁੰਦਾ ਨਾਮ ਖੁਮਾਰੀ, ਖੁਮਾਰੀ ਹੁੰਦੀ ਏ ਜਦੋਂ ਬੰਦੇ ਦੀਆਂ ਅੱਖਾਂ ਨਹੀਂ ਚੜ੍ਹ ਜਾਂਦੀਆਂ, ਇਸ ਤਰੀਕੇ ਨਾਲ ਬੰਦਾ ਪਲਕਾਂ ਉੱਪਰਲੀਆਂ ਥੱਲੇ ਅੱਖਾਂ ਕਰ ਲੈਂਦਾ ਇਸ ਰੂਪ ਦੇ ਵਿੱਚ, ਅਤੇ ਇਸ ਤਰੀਕੇ ਨਾਲ ਹੂੰਗਰਦਾ ਹੈਗਾ, ਉਹ ਖੁਮਾਰੀ ਹੈ। ਮੋਸਟਲੀ ਨਸ਼ਾ ਵਗੈਰਾ ਪੀ ਕੇ ਬੰਦੇ ਨੂੰ ਆਉਂਦੀ ਹੈਗੀ। ਉੱਥੇ ਕਿਹਾ ਗਿਆ ਨਹੀਂ ਨਹੀਂ ਆਪਾਂ ਨਸ਼ਾ ਵਗੈਰਾ ਨਹੀਂ ਪੀਣਾ, ਆਪਾਂ ਉਵੇਂ ਹੀ ਖੁਮਾਰ ਹੋ ਜਾਣਾ, ਮਤਲਬ ਉਸ ਰੂਪ ਦੇ ਵਿੱਚ ਜਿਹੜੀ ਖੁਮਾਰੀਅਤ ਦੀ ਗੱਲ ਕੀਤੀ ਗਈ। ਗੁਰਮਤਿ ਆਸ਼ੇ ਦੇ 'ਚ ਖੁਮਾਰੀ ਦਾ ਮਤਲਬ ਜਾਂ ਮਾਤੀ ਦਾ ਮਤਲਬ ਉਹ ਮਤਣਾ ਨਹੀਂ ਗਾ ਕਿ ਜਿਵੇਂ ਬੰਦਾ ਨਸ਼ੇ 'ਚ ਖੀਵਾ ਹੋ ਜਾਂਦਾ ਹੈ। ਇੱਥੇ ਮਾਤਣ ਦਾ ਮਤਲਬ ਉਹ ਹੈ ਕਿ ਜਿਵੇਂ ਬੰਦਾ ਇਤਨਾ ਅਵੇਅਰ ਹੋ ਜਾਏ ਕਿ ਉਹਨੂੰ ਚੰਗਾ ਕੰਮ ਕਰਦਿਆਂ ਇੰਨੀ ਖੁਸ਼ੀ ਮਿਲਦੀ ਹੈ ਕਿ ਉਹਨੂੰ ਚਾਹ ਕੇ ਵੀ ਕੋਈ ਜਿੰਨਾ ਮਰਜ਼ੀ ਪ੍ਰੇਰੇ ਉਹ ਮਾੜੇ ਪਾਸੇ ਜਾਏ ਗਏ ਨੇ। ਉਹ ਕਹੇਗਾ ਨਾ ਨਾ, ਮੇਰਾ ਰਾਹ ਇਹ ਹੈ, ਮੈਨੂੰ ਤਾਂ ਇਹੀ ਚੰਗਾ ਲੱਗਦਾ, ਮੈਨੂੰ ਤਾਂ ਇਹੀ ਵਾਜਬ ਲੱਗਦਾ ਹੈਗਾ। ਸੋ ਇਹ ਮਸਤੀ ਹੋਏ, ਇਸ ਕਿਸਮ ਦੀ ਉਹਦੀ ਕਮਿਟਮੈਂਟ ਅੰਦਰੋਂ ਪੈਦਾ ਹੋਏ, ਉਹਦੀ ਬਾਤ ਗੁਰੂ ਸਾਹਿਬ ਨੇ ਕੀਤੀ। ਪਿਰ ਪਾਇੜਾ ਬਾਲੜੀਏ ਅਨਦਿਨ ਸਹਿਜੇ ਮਾਤੀ ਰਾਮ, ਗੁਰਮਤੀ ਮਨ ਆਨੰਦ ਭਇਆ ਤਿਤ ਤਨ ਮੈਲ ਨਾ ਰਾਤੀ ਰਾਮ। ਗੁਰੂ ਕੀ ਮਤ ਨਾਲ ਮਨ ਆਨੰਦ ਭਇਆ, ਮਨ ਦੇ ਵਿੱਚ ਇੱਕ ਖੁਸ਼ੀ ਵਾਲਾ ਅਹਿਸਾਸ ਪੈਦਾ ਹੋਣਾ ਹੌਲੀ ਹੌਲੀ। ਗੱਲਾਂ ਸਾਰੇ ਦੀਆਂ ਸਾਰੀਆਂ ਫਿਲੋਸਫੀਕਲ ਹੈਗੀਆਂ ਨੇ, ਜੇ ਇਹਨਾਂ ਸਾਰੀਆਂ ਗੱਲਾਂ ਨੂੰ ਆਪਾਂ ਨੈਰੋ ਡਾਊਨ ਕਰਦੇ ਹੈਗੇ ਹਾਂ ਤਾਂ ਮਾਇਨੇ ਇਹ ਨਿਕਲਦੇ ਨੇ ਕਿ ਬੜੀ ਇਮਾਨਦਾਰੀ ਦੇ ਨਾਲ ਬੰਦਾ ਆਪਣੇ ਆਪ ਨੂੰ ਸੋਚੇ, ਅਤੇ ਹਕੀਕਤ ਇਹ ਹੈ ਆ ਜਿਹੜੀ ਸਾਡਾ ਜੀਵਨ ਆ, ਜਿਹੜੀ ਸੱਤਿਆ ਆ ਸਾਡੇ ਅੰਦਰ ਪਈ ਹੋਈ, ਇਹ ਸੱਤਿਆ ਗਵਾਚੀ ਜਾ ਰਹੀ, ਗਵਾਈ ਜਾ ਰਿਹਾ, ਅਜਾਈ ਤੁਰੀ ਜਾ ਰਹੀ ਹੈ। ਇਸ ਸੱਤਿਆ ਦੀ ਸੰਭਾਲ ਕਰੀਏ ਅਤੇ ਇਸ ਸੱਤਿਆ ਨੂੰ ਚੰਗੇ ਰਾਹ ਦੇ ਉੱਤੇ ਪਾਈਏ, ਚੰਗੇ ਜਿਹੜਾ ਹੈਗਾ ਪਾਸੇ ਤੋਰਨ ਵਾਸਤੇ ਯਤਨਸ਼ੀਲ ਹੋਈਏ। ਇਹਦੇ ਲਈ ਗੁਰੂ ਸਾਡੀ ਮਦਦ ਕਰੇਗਾ, ਗੁਰੂ ਸ਼ਬਦ ਦੇ ਜ਼ਰੀਏ, ਗੁਰੂ ਸੰਗਤ ਦੇ ਜ਼ਰੀਏ। ਇੱਥੇ ਸਾਹਿਬ ਜ਼ਿਕਰ ਕਰਦੇ ਨੇ, ਕਹਿਣ ਲੱਗੇ ਗੱਲ ਇਹ ਹੈ, ਗੁਰਮਤੀ ਮਨ ਆਨੰਦ ਭਇਆ,
ਗੁਰੂ ਕੀ ਮਤ ਦੇ ਜ਼ਰੀਏ ਤੇਰੇ ਮਨ ਵਿੱਚ ਆਨੰਦ ਆਏਗਾ। ਇੱਥੋਂ ਪਤਾ ਲੱਗ ਗਿਆ ਕਿ ਗੁਰੂ ਗਿਆਨ ਨਾਲ ਇਹ ਚੀਜ਼ ਪ੍ਰਗਟ ਹੋਣੀ ਅੰਦਰ, ਗੁਰੂ ਕੀ ਮਤ ਨਾਲ, ਗੁਰੂ ਕੇ ਜਿਹੜਾ ਹੈਗਾ ਸੋਝੀ ਦੇ ਨਾਲ। ਇਹਨੂੰ ਇਸ ਤਰ੍ਹਾਂ ਵੀ ਲੈ ਲਿਆ ਜਾਏ, ਮੈਂ ਦੇਖਦਾ ਵਾਂ ਕਿ ਕਾਉਂਸਲਿੰਗ ਵਿੱਚ ਮੈਂ ਦੇਖਿਆ ਲਿਟਰਲੀ ਤੌਰ 'ਤੇ ਕਿ ਕਈ ਵਾਰੀ ਪਰਿਵਾਰ ਵਿੱਚ ਕੋਈ ਮਸਲਾ ਹੈਗਾ ਅਤੇ ਕੋਈ ਫੈਮਿਲੀ ਮੈਂਬਰ ਆਇਆ ਹੈ ਅਤੇ ਉਹ ਆ ਕੇ ਗੱਲਾਂ ਬਾਤਾਂ ਹੋਈਆਂ ਹਨ ਜੀ, ਕੀ ਇਸ਼ੂ ਹੈਗਾ ਜੀ, ਐਡਿਕਸ਼ਨ ਦਾ ਇਸ਼ੂ ਹੈ, ਕਲੇਸ਼ ਦਾ ਇਸ਼ੂ ਹੈ, ਇਸ ਕਿਸਮ ਦੀ ਗੱਲ ਹੈ, ਠੀਕ ਹੈ। ਕੁਝ ਦੋ ਚਾਰ ਹੋਰ ਗੱਲਾਂ ਬਾਤਾਂ ਕੀਤੀਆਂ, ਉਸ ਤੋਂ ਬਾਅਦ ਭਾਈ ਸਾਹਿਬ ਕੋਈ ਸ਼ਬਦ ਹੀ ਦੇ ਦਿਓ। ਹੁਣ ਆਹ ਜਿਹੜੀ ਚੀਜ਼ ਆ, ਇੱਥੋਂ ਸਾਡਾ ਪਤਾ ਲੱਗਦਾ ਕਿ ਸਾਡਾ ਬਹੁਤਾ ਨਿਤਨੇਮ, ਸਾਡਾ ਬਹੁਤਾ ਸ਼ਬਦ ਨਾਲ ਰਿਸ਼ਤਾ ਗੁਰੂ ਕੀ ਮਤ ਲੈਣ ਵਾਲਾ ਨਹੀਂ ਹੈਗਾ। ਸਾਡਾ ਬਹੁਤਾ ਸ਼ਬਦ ਨਾਲ ਰਿਸ਼ਤਾ ਜਿਵੇਂ ਵੈਦਿਕ ਪ੍ਰਪਾਟੀ ਦੇ ਵਿੱਚ ਮੰਤਰ ਰਟਣ ਦਾ ਹੁੰਦਾ ਸੀ ਨਾ, ਉਸ ਤਰੀਕੇ ਨਾਲ ਚੱਲੀ ਜਾ ਰਿਹਾ ਹੈਗਾ। ਇਹ ਚੀਜ਼ ਜਿਹੜੀ ਹੈ ਇਹ ਮਤਲਬ ਇਵੇਂ ਮੰਨਿਆ ਜਾਏ ਕਿ ਬੰਦਾ ਕਾਰ ਵਿੱਚ ਬੈਠਾ ਅਤੇ ਕਾਰ ਵਿੱਚ ਬੈਠਾ ਹੋਇਆ ਸਟੀਅਰਿੰਗ ਵੀ ਘੁਮਾ ਰਿਹਾ ਹੈ, ਰੇਸ ਵੀ ਦੇਈ ਜਾ ਰਿਹਾ ਹੈ, ਗੱਡੀ ਗੈਸ ਵੀ ਖਾਈ ਜਾ ਰਹੀ ਹੈ, ਸਾਰਾ ਕੁਛ ਹੋਈ ਜਾਂਦਾ, ਪਰ ਇੱਕੋ ਚੀਜ਼ ਨਹੀਂ ਹੋ ਰਹੀ, ਗੱਡੀ ਮੂਵ ਨਹੀਂ ਕਰ ਰਹੀ ਕਿਉਂਕਿ ਗੇਅਰ ਹੀ ਨਹੀਂ ਪਿਆ ਹੈਗਾ। ਲਿਵਰ ਜਿਹੜਾ ਹੈਗਾ ਉਹ ਡਰਾਈਵ 'ਚ ਕੀਤਾ ਹੀ ਨਹੀਂ ਗਾ, ਜਿਹੜਾ ਇਹ ਪੜੀ ਵੀ ਜਾ ਰਿਹਾ, ਸਾਰਾ ਕੁਛ ਹੋਈ ਜਾ ਰਿਹਾ, ਪਰ ਅਲਟੀਮੇਟਲੀ ਪਹੁੰਚ ਕਿਤੇ ਨਹੀਂ ਰਿਹਾ, ਮਤ ਨਹੀਂ ਆ ਰਹੇ। ਰੀਜ਼ਨ, ਕਿਉਂਕਿ ਮਤ ਲੈਣ ਵਾਸਤੇ ਤਾਂ ਕੰਮ ਹੀ ਨਹੀਂ ਕੀਤਾ ਜਾ ਰਿਹਾ, ਕੰਮ ਤਾਂ ਕਿਸੇ ਹੋਰ ਭੁਲੇਖੇ 'ਚ ਪਿਆ ਹੈ। ਕੰਮ ਤਾਂ ਇਹ ਹੈ ਵੀ ਕੋਈ ਬਾਹਰੋਂ ਸੁਪਰਨੈਚੁਰਲ ਪਾਵਰ ਆਏਗੀ, ਉਹ ਕੰਮ ਕਰ ਦੇਗੀ, ਉਸ ਰੂਪ ਦੇ 'ਚ ਗੱਲ ਹੋ ਰਹੀ ਹੈ ਸਾਰੇ ਦੀ ਸਾਰੀ। ਅਤੇ ਇਹ ਚੀਜ਼ਾਂ ਸਾਨੂੰ ਬੜੀਆਂ ਪ੍ਰਭਾਵਿਤ ਕਰਦੀਆਂ ਨੇ। ਇਹਦੇ ਨਾਲ ਬੰਦਾ ਜਿਹੜਾ ਕਰਮਸ਼ੀਲ ਹੈ ਉਹ ਕਰਮਸ਼ੀਲ ਨਾ ਹੋ ਕੇ ਬਲਕਿ ਪੈਸਿਵ ਹੋ ਜਾਂਦਾ ਹੈਗਾ, ਉਹ ਬਿਲਕੁਲ ਜਿਹੜਾ ਹੈ ਆਪਣੇ ਆਪ ਨੂੰ ਡਿਪੈਂਡੈਂਟ ਕਰ ਦਿੰਦਾ ਕਿਹਦੇ ਉੱਤੇ, ਕਿਸੇ ਇੱਕ ਵਿਚਾਰਧਾਰਾ ਸੋਚ ਦੇ ਉੱਤੇ ਵੀ ਕੋਈ ਬਾਹਰੋਂ ਸ਼ਕਤੀ ਆਏਗੀ ਉਹ ਇਸ ਰੂਪ ਵਿੱਚ ਸਵਾਰੇਗੀ। ਗੁਰੂ ਸਾਹਿਬ ਇਹਦੇ 'ਚ ਹੀ ਬਾਤ ਕਰ ਰਹੇ, ਕਹਿੰਦੇ ਗੁਰਮਤੀ ਮਨ ਆਨੰਦ ਭਾਇਆ। ਦੇਖ ਆਨੰਦ ਆ ਸਕਦਾ ਪਰ ਗੁਰੂ ਕੀ ਮਤ ਦੇ ਜ਼ਰੀਏ। ਤਿੱਤ ਤਨ ਮੈਲ ਨਾ ਰਾਤੀ ਰਾਮ, ਜਿਹਨੂੰ ਇਹ ਮਤ ਆ ਗਈ, ਜਿਹਨੂੰ ਖੁਸ਼ੀ ਚੰਗੇ ਕੰਮ ਵਿੱਚੋਂ ਮਿਲ ਗਈ, ਉਹਨੂੰ ਮੈਲ ਨਹੀਂ ਲੱਗੇਗੀ ਕਿਉਂਕਿ ਮੈਲੇ ਪਾਸੇ ਉਹਨੇ ਤੁਰਨਾ ਹੀ ਨਹੀਂ। ਤਿੱਤ ਤਨ ਮੈਲ ਨਾ ਰਾਤੀ ਹਰ ਪ੍ਰਭ ਰਾਤੀ, ਮੇਰਾ ਪ੍ਰਭ ਮੇਲ ਮਿਲਾਏ। ਤਿੱਤ ਤਨ ਮੈਲ ਨਾ ਰਾਤੀ, ਜਿਹਨੂੰ ਮੈਲ ਨਹੀਂ ਰੱਤੇਗੀ ਉਹ ਫਿਰ ਕਿਸ ਪਾਸੇ ਰੱਤੇਗਾ, ਹਰ ਪ੍ਰਭ ਰਾਤੀ। ਜਿਵੇਂ ਸਪੋਜ਼ ਸਾਡਾ ਮੁੰਡਾ ਹੈਗਾ ਇੰਗਲੈਂਡ, ਉਹ ਕਿਤੇ ਆਪਣੇ ਗੋਰੇ ਦੋਸਤਾਂ ਦੇ ਨਾਲ ਯੂਰਪ ਦੇ ਟੂਰ 'ਤੇ ਚਲਾ ਗਿਆ, ਅਤੇ ਯੂਰਪ 'ਤੇ ਟੂਰ 'ਤੇ ਗਿਆ ਅਤੇ ਉਹਨੂੰ ਨਾਲ ਲੈ ਕੇ ਫਟਾਫਟ ਜਰਮਨ ਪੱਬ 'ਚ ਲੈ ਗਏ, ਕਹਿੰਦੇ ਪੱਬ 'ਚ ਚੱਲਦੇ, ਚਲੋ ਚਲੋ ਡਰਿੰਕ ਕਰਦੇ ਹਾਂ, ਜਾ ਕੇ ਬੜੇ ਖੁਸ਼ ਡਰਿੰਕ ਕਰਦੇ ਹਾਂ ਇਸ ਰੂਪ ਦੇ ਵਿੱਚ। ਅਤੇ ਉਹਨੂੰ ਕਹਿੰਦੇ ਕਿ ਉਹ ਅਸੀਂ ਤਾਂ ਸਾਰੇ ਬੜਾ ਫਨ ਕਰਾਂਗੇ, ਬੜਾ ਕੁਝ ਕਰਾਂ ਉਸ ਰੂਪ 'ਚ ਇੰਜੋਏ ਕਰਾਂਗੇ, ਤੇਰਾ ਤਾਂ ਫਨ ਨਹੀਂ ਆਉਣਾ ਕਿਉਂਕਿ ਤੂੰ ਤਾਂ ਡਰਿੰਕ ਹੀ ਨਹੀਂ ਕਰਦਾ ਇਸ ਰੂਪ ਦੇ ਵਿੱਚ। ਉਹ ਕਹਿੰਦਾ ਗੱਲ ਇਹ ਹੈ ਕਿ ਤੁਸੀਂ ਜਿਸ ਆਨੰਦ ਨੂੰ ਪੀ ਕੇ ਲੱਭਣਾ ਹੈ, ਸਾਰਾ ਕੁਝ ਕਰਕੇ, ਪੈਸੇ ਗਵਾ ਕੇ, ਸਭ ਕੁਝ ਕਰਕੇ, ਸਿਹਤ ਗਵਾ ਕੇ, ਮੈਂ ਉਸ ਆਲਰੇਡੀ ਉਸ ਖੁਸ਼ੀ ਨੂੰ ਮਾਣ ਰਿਹਾ। ਲਿਟਰਲੀ ਮੇਰੇ ਅੰਦਰ ਇੱਕ ਭੋਰਾ ਵੀ ਕਰੇਵਿੰਗ ਨਹੀਂ, ਇੱਕ ਭੋਰਾ ਵੀ ਇੱਛਾ ਨਹੀਂ ਇਸ ਚੀਜ਼ ਦੀ। ਉਹ ਜਦੋਂ ਇਸ ਲੈਵਲ 'ਤੇ ਉਹ ਬਾਤ ਸਾਰੀ ਉਹਨਾਂ ਨੇ ਕੀਤੀ ਅਤੇ ਉਹ ਕਹਿੰਦੇ ਕਮਾਲ ਹੈ, ਸਾਨੂੰ ਨਹੀਂ ਮਿਲੀ। ਕਹਿੰਦੇ ਤੁਹਾਨੂੰ ਇਸ ਕਰਕੇ ਨਹੀਂ ਮਿਲੀ ਕਿਉਂਕਿ ਨਾ ਤੁਸੀਂ ਇਹੋ ਜਿਹੀ ਸਮਝ ਡਿਵੈਲਪ ਕੀਤੀ, ਨਾ ਤੁਹਾਨੂੰ ਇਸ ਚੀਜ਼ ਦੀ ਸਮਝ ਹੈਗੀ ਹੈ, ਮੈਨੂੰ ਹੈਗੀ। ਜਿਹੜੀ ਇਹ ਗੁਰੂ ਸਾਹਿਬ ਬਾਤ ਕਰਦੇ ਨਾ, ਗੁਰੂ ਸਾਹਿਬ ਕਹਿੰਦੇ ਕਿ ਵਿਕਾਰਾਂ 'ਚੋਂ ਜਿਹੜੀ ਮਸਤੀ ਆਉਣੀ ਸੀ, ਖੁਸ਼ੀ ਆਉਣੀ ਸੀਗੀ, ਉਹ ਬਿਨਾਂ ਵਿਕਾਰਾਂ ਤੋਂ ਪ੍ਰਭੂ ਵਾਲੇ ਨਾਮ 'ਚ ਉਸ ਤੋਂ ਕਿਤੇ ਵੱਧ ਆਉਣੀ ਸ਼ੁਰੂ ਹੋ ਗਈ। ਅਸਲ ਸੋਚ, ਅਸਲ ਗਿਆਨ ਆ ਗਿਆ,
ਉਹਦੀ ਬਾਤ ਕੀਤੀ ਇਹਦੇ, ਤਿੱਤ ਤਨ ਮੈਲ ਨਾ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ, ਅਣਦਿਨ ਰਾਵੇ ਹਰ ਪ੍ਰਭ ਆਪਣਾ ਵਿੱਚੋਂ ਆਪ ਗਵਾਏ, ਆਪਣਾ ਹੰਕਾਰ ਵਾਲਾ ਆਪਣੀ ਜਿਹੜੇ ਕੁਝ ਹੀ ਸਮਝ ਵਾਲਾ ਨੁਕਤਾ ਹੀ ਖਤਮ ਕਰ ਦਿੱਤਾ ਵਿੱਚੋਂ, ਗੁਰਮਤਿ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ, ਜਿਹੜਾ ਪ੍ਰੀਤ ਦੀਆਂ ਤੰਦਾਂ ਦਾ ਸਭ ਤੋਂ ਵੱਡਾ ਬਖਸ਼ਿਸ਼ ਕਰਨ ਵਾਲਾ ਰੱਬ ਜੀ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ 'ਚ ਮੇਰਾ ਰਤਨਾ ਹੋ ਗਿਆ, ਨਾਨਕ ਨਾਮ ਮਿਲੇ ਵਡਿਆਈ ਪ੍ਰਭ ਰਾਵੈ ਰੰਗਰਾਤੀ। ਬਕਾਇਦਾ ਤੌਰ 'ਤੇ ਡਰਿਲਿੰਗ ਹੋ ਰਹੀ, ਰੈਪੀਟੀਸ਼ਨ ਹੋ ਰਹੀ ਉਹਨਾਂ ਸ਼ਬਦਾਂ ਦੀ ਵਾਰ ਵਾਰ, ਪਰ ਮੌਲਿਕ ਗੱਲ ਇਹੋ ਹੀ ਹੈ ਕਿ ਇਸ ਮਨ ਦੀ ਦੁਨੀਆਂ ਦੇ ਵਲਵਲਿਆਂ ਨੂੰ ਸਮਝ, ਜਿਹੜਾ ਗੁਣਾਤਮਕ ਜੀਵਨ ਹੈ ਸੰਜਮੀ ਜੀਵਨ ਹੈ ਉਸ ਪਾਸੇ ਜਾਣਾ ਹੈ, ਪਰ ਕਾਲਾ ਨਾ ਪਈ ਗੁਰੂ ਦੇ ਸ਼ਬਦਾਂ 'ਤੇ ਭਰੋਸਾ ਕਰਕੇ, ਜਿੰਨੀ ਕੁ ਤੇਰੀ ਸਟਰੈਂਥ ਹੈਗੀ ਹੈ ਉਹਦੇ ਮੁਤਾਬਕ ਉਹਨੂੰ ਫੋਲੋ ਕਰੀ, ਅਤੇ ਡੈਫੀਨੇਟਲੀ ਉਹ ਸ਼ਬਦ ਜਿਹੜਾ ਹੈਗਾ ਉਹ ਕਮਾਲੇ ਕਰਾਮਾਤ ਕਰੇਗਾ, ਤੂੰ ਅਸਲ ਜੀਵਨ ਦੇ ਸੁੱਖ ਨੂੰ ਮਾਣ ਸਕੇਗਾ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਿਤਾਰਿਓ, ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ।